ਸਕੂਲਾਂ ਦਾ ਸੁਧਾਰ ਕਰ ਦਿਓ, ਹਸਪਤਾਲਾਂ ਦਾ ਸੁਧਾਰ ਕਰ ਦਿਓ, ਫਿਰ ਨਹੀਂ ਕਿਤੇ ਜਾਣਾ ਜਾਓਗੇ, ਸਦਾ ਹੀ ਰਹੋਗੇ ਸਦਾ ਹੀ। ਪਰ ਹੁਣ ਤੁਸੀਂ ਸੱਚੀ ਜਿਹੜੀ ਨਵੀਂ ਸਰਕਾਰ ਆਈ ਹੈ, ਇਹ ਕਹਿਣਾ ਚਾਹਾਂਗਾ ਦੇ ਆਮ ਜੇ ਬੰਦੇ ਵੀ ਕਈ ਬਣੇ ਆ ਲੀਡਰ, ਤੇ ਉਹ ਹੁਣ ਵਧੀਆ ਥਾਂ ਤੇ ਪਹੁੰਚੇ ਹੋ, ਹੁਣ ਕਰਕੇ ਵਿਖਾਇਓ, ਪੰਜਾਬ ਹੁਣ ਤੁਹਾਡੇ ਹੱਥਾਂ 'ਚ ਹੈ, ਸਾਥ ਲੋਕ ਦੇ ਰਹੇ ਐ, ਲੋਕਾਂ ਨੇ ਹੁਣ ਤੁਹਾਨੂੰ ਫਤਵਾ ਸੁਣਾਤਾ, ਬੜਾ ਵਧੀਆ ਇੱਕ ਮੌਕਾ ਮਿਲਿਆ, 5 ਸਾਲ ਦਾ ਟਾਈਮ ਕੋਈ ਥੋੜਾ ਨਹੀਂ ਹੁੰਦਾ, ਤੇ ਕਰਕੇ ਵਿਖਾਓ, ਠੀਕ ਹੈ ਕਿ ਨਹੀਂ। ਲੋਕ ਖੁਸ਼ ਹੋਏ ਫਿਰਦੇ, ਕਹਿੰਦੇ ਬਿਜਲੀ ਹੁਣ ਸਾਡੀ 200 ਯੂਨਿਟ ਕੇ 300 ਮਾਫ ਹੋ ਜੂ, ਬੀਬੀਆਂ ਕਹਿੰਦੀਆਂ 1000 ਰੁਪਈਆ ਮਹੀਨੇ ਦਾ ਪੈ ਜਾ ਕਰਦਾ, ਹਰ ਇੱਕ ਨੂੰ ਹੀ ਕਹਿੰਦੇ ਪੈਣਾ। ਹੁਣ ਬੀਬੀਆਂ ਜਿੰਨੀਆਂ ਹੋਣ ਓਨਾ ਹੀ ਫਾਇਦਾ, ਅਗਲੇ ਘਰ 'ਚ 4-5 ਹੋਣਗੀਆਂ, 5000 ਤੇ ਆ ਗਿਆ ਹੈ ਕਿਤੇ, ਪਰ ਆਇਆ ਤੇ ਜਾਣੀਏ ਭਾਈ। ਚਲੋ ਵੇਖੋ ਇੱਕ ਗੱਲ ਦੱਸਾਂ, ਚਲੋ ਸਿੱਧੀ ਜੀ, ਕਈ ਕਹਿੰਦੇ ਇਹ ਆਮ ਆਦਮੀ ਕਰੂ ਕੀ, ਮੈਂ ਕਿਹਾ ਕਰਨ ਵਾਲਾ ਕੰਮ ਤੇ ਕਰਤਾ, ਹੁਣ ਭਾਵੇਂ ਕੁਛ ਵੀ ਨਾ ਕਰਨਾ ਹੈ ਬਈ, ਝਾੜੂ ਨੀ ਫੇਰਿਆ, ਵੈਕਿਊਮ ਵੀ ਫੇਰਤਾ। ਚਲੋ ਹੁਣ ਅੱਗੇ ਵੇਖੀ ਜਾਊ, ਜੋ ਹੋ ਅੱਗੇ ਜਿਹੜਾ ਕੰਮ ਹੋਣਾ ਉਹ ਵੇਖੀ ਜਾਊ। ਚਲੋ ਹੁਣ ਆਪਾਂ ਇੰਨਾ ਹੀ ਕਹਿਣਾ ਸੀ ਵੀ ਜਥੇਦਾਰ ਬਹੁਤ ਔਖੇ ਹੈ, ਸਾਰੇ ਆਲੇ ਔਖੇ ਰਹਿਣਾ ਹੀ, ਇਹਨਾਂ ਨੇ ਤਾਂ ਜਥੇਦਾਰਾਂ ਨੇ ਔਖੇ ਹੀ ਰਹਿਣਾ, ਕਦੇ ਤੇ ਸੌਖੇ ਇਹਨਾਂ ਦੀ ਤਿਊੜੀ ਮੈਂ ਤੇ ਲੱਥੀ ਵੇਖੀ ਨਹੀਂ ਕਦੇ, ਤੁਸੀਂ ਵੇਖੀ ਹੋਵੇ ਪਤਾ ਨਹੀਂ, ਮੈਂ ਇਹਨਾਂ ਦੀਆਂ ਤਿਊੜੀਆਂ ਲੱਥੀਆਂ ਨਹੀਂ ਵੇਖੀਆਂ, ਐਂ ਰਹਿੰਦੇ ਨੇ ਹਰ ਵੇਲੇ ਉਬਲੇ ਉਬਲੇ। ਤਾਂ ਕਰਕੇ ਇਹਨਾਂ ਨੂੰ ਬੇਨਤੀ ਹੈ ਵੀ ਸੁਧਾਰ ਕਰੋ ਆਪਣੇ ਵਿੱਚ, ਲੋਕਾਂ ਦੇ ਉੱਤੇ ਨਾ ਚੜਦੇ ਫਿਰੋ, ਲੋਕਾਂ ਦੇ ਉੱਤੇ ਗੱਲ ਨਾ ਪੈਂਦੇ ਫਿਰੋ, ਲੋਕਾਂ ਨੂੰ ਪੰਥ ਚੋਂ ਛੇਕ ਕੇ ਕੁਛ ਨਹੀਂ ਹੋਣਾ, ਤੁਹਾਨੂੰ ਆਪਣੇ ਆਪ ਤੇ ਕੰਮ ਕਰਨਾ ਪੈਣਾ, ਆਪਣੀ ਸੋਚ ਬਦਲਣੀ ਪੈਣੀ ਹੈ, ਆਪਣਾ ਸੁਧਾਰ ਕਰਨਾ ਪੈਣਾ ਕਿ ਨਹੀਂ, ਸੁਧਾਰ ਕਰਨਾ ਪੈਣਾ। ਸਰਕਾਰਾਂ ਬਦਲ ਗਈਆਂ, ਮਾਹੌਲ ਬਦਲ ਗਿਆ, ਵੱਡੇ ਵੱਡੇ ਦਰਖਤ ਵੇਲੋ ਆਪਣੀ ਹੱਸੀ ਜਾਂਦੇ ਤੁਸੀਂ, ਮੈਂ ਤਾਂ ਜੇ ਕੁਝ ਕਿਹਾ ਹੀ ਹੈ ਬਈ, ਕਈ ਜੜੋਂ ਹੀ ਪੁੱਟੇ ਗਏ, ਹਨੇਰੀ ਕਈ ਵਾਰੀ ਇੰਨੀ ਆਉਂਦੀ ਹੁੰਦੀ ਹੈ ਵੀ ਦਰਖਤ ਨਾ ਜੜੋਂ ਪੁੱਟਿਆ ਜਾਂਦਾ, ਟੁੱਟਦਾ ਨਹੀਂ ਹੁੰਦਾ ਪੁੱਟਿਆ ਹੀ ਜਾਂਦਾ। ਐਤਕੀ ਤੇ ਇਲੈਕਸ਼ਨ ਇੱਦਾਂ ਦੀ ਹੋਈ ਹੈ ਵੀ ਵੱਡੇ ਵੱਡੇ ਜਿਹੜੇ ਪੁਰਾਣੇ ਖੁੰਡ ਸਾਰੇ ਪੁੱਟੇ ਗਏ। ਸੁਣੋ ਬਈ ਸੁਣੋ, ਉਹ ਸਾਰਿਆਂ ਦਾ ਹਾਲ ਇਹੋ ਜਿਹਾ ਹੋਇਆ। ਜਥੇਦਾਰ ਗੱਲ ਪਿੱਟਦਾ ਸੀ, ਅਕਾਲ ਤਖ਼ਤ ਵਾਲਾ ਜਥੇਦਾਰ ਕਹਿੰਦਾ ਬਾਹਲੇ ਔਖੇ ਆ, ਸਿੱਖਾਂ ਦੀ ਬੇਇੱਜ਼ਤੀ ਬਹੁਤ ਹੋ ਰਹੀ ਹੈ, ਸਰਸੇ ਵਾਲੇ ਤੋਂ ਮਾਫ਼ੀ ਦਵਾਈ, ਉਦੋਂ ਨਹੀਂ ਬੇਇੱਜ਼ਤੀ ਹੋਈ ਜਥੇਦਾਰਾਂ ਤੇਰੀ, ਜਦੋਂ ਸਰਸੇ ਵਾਲੇ ਨੂੰ ਮਾਫ਼ ਕੀਤਾ ਅਕਾਲ ਤਖ਼ਤ ਸਾਹਿਬ ਤੇ, ਉਦੋਂ ਨਹੀਂ ਬੇਇੱਜ਼ਤੀ ਹੋਈ। ਕਹਿੰਦੇ ਜੀ ਅਕਾਲੀ ਦਲ ਬਦਨਾਮ ਹੋ ਰਿਹਾ, ਅਕਾਲੀ ਦਲ ਨੇ ਜਦੋਂ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਮੁੱਠੀ 'ਚ ਰੱਖਿਆ ਹੋਇਆ, ਉਦੋਂ ਨਹੀਂ ਬਦਨਾਮ ਹੁੰਦਾ, ਹੁਕਮ ਚਾੜਦੇ ਨੇ ਐਂ ਕਰ ਦਿਓ ਐਂ ਕਰ ਦਿਓ, ਜਿਹਨੂੰ ਜੀ ਕਰਦਾ ਸਨਮਾਨ ਦੇ ਦਿਓ, ਜਿਹਨੂੰ ਜੀ ਕਰਦਾ ਪੰਥ ਚੋਂ ਛੇਕ ਦਿਓ, ਉਦੋਂ ਨਹੀਂ ਰੁਲਦੀ ਇੱਜ਼ਤ ਨਾ ਪਿਆਰਿਓ, ਕਿਸੇ ਨੂੰ ਕੋਈ ਨਹੀਂ ਦੇਖਦਾ, ਤੈਨੂੰ ਤੇਰੇ ਵਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਥੱਲੇ ਤੇਰੇ ਕਰਮਾਂ ਨੇ ਸਿੱਟਣਾ। ਭਾਈ ਹਰ ਚੀਜ਼ ਦਾ ਅੰਤ ਹੁੰਦਾ, ਲੋਕੀ ਅੱਕੇ ਪਏ ਗੋਲਕਾਂ ਤੇ ਕਬਜ਼ੇ ਕਰਕੇ ਲੁੱਟ ਲੁੱਟ ਖਾਂਦੇ ਐ, ਅਕਾਲ ਤਖ਼ਤ ਸਾਹਿਬ ਨੂੰ ਤੇ ਇਹਨਾਂ ਨੇ ਐ ਮੁੱਠੀ ਚ ਕੀਤਾ ਹੋਇਆ, ਜਥੇਦਾਰ ਇਹਨਾਂ ਦੇ ਲਿਫਾਫਿਆਂ ਚੋਂ ਨਿਕਲਦੇ ਐ। ਵੱਡੇ ਲੀਡਰਾਂ ਦੀ ਕੋਠੀ 'ਚ ਜਾਓ, ਤੁਹਾਨੂੰ ਅਕਾਲ ਤਖ਼ਤ ਦੇ ਜਾਣ ਦੀ ਲੋੜ ਹੀ ਨਹੀਂ, ਅਕਾਲ ਤਖ਼ਤ ਤੇ ਸੱਦ ਲੈਣ ਨਾ, ਅਕਾਲ ਤਖ਼ਤ ਨਾ ਜਾਇਓ, ਵੱਡੇ ਲੀਡਰ ਦੀ ਕੋਠੀ 'ਚ ਜਾਓ, ਇੱਥੋਂ ਹੀ ਫੋਨ ਕੰਮ ਚਲਿਆ ਜਾਂਦਾ ਵੀ ਬਸ ਬਈ ਬਸ, ਇਹਨੂੰ ਕੁਛ ਨਹੀਂ ਕਹਿਣਾ, ਇਹ ਸਾਡੇ ਕੋਲ ਆ ਗਿਆ। ਫਿਰ ਅਸਲ ਪੰਥ ਕਿਹੜਾ ਹੈ, ਤਖ਼ਤ ਕਿੱਥੇ ਹੈ ਭਲਾ, ਤਖ਼ਤ ਤੇ ਇਹ ਆਪਣੇ ਘਰਾਂ 'ਚ ਬਹਿ ਕੇ ਚਲਾਉਂਦੇ ਹੈ। ਅਕਾਲ ਤਖ਼ਤ ਤੋਂ ਜਿਹੜੇ ਹੁਕਮਨਾਮੇ ਹੈ ਨਾ, ਜਥੇਦਾਰਾਂ ਦੇ ਤੇ ਸਾਈਨ ਹੀ ਹੁੰਦੇ ਆ, ਲੀਡਰ ਛਾਪ ਕੇ ਭੇਜਦੇ ਆ ਵੀ ਆਹ ਕਹਿ ਦਿਓ,